ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰ ਪਿਆਰਿਓ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਸਰਕਾਰ ਵੱਲੋਂ ਜੋ ਐਸ ਵਕਤ ਬੀਜਪੀ ਦੀ ਸਰਕਾਰ ਹੈ ਪਾਰਲੀਮੈਂਟ ਦੇ ਵਿੱਚ ਜੋ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਗਏ ਹਨ ਜਿਨ੍ਹਾਂ ਦਾ ਵਿਰੋਧ ਹਰਿਆਣਾ ਅਤੇ ਪੰਜਾਬ ਅਤੇ ਇਸ ਤੋਂ ਬਿਨਾਂ ਵੀ ਹੋਰ ਸੂਬਿਆਂ ਵਿੱਚ ਜਿਨ੍ਹਾਂ ਵਿੱਚ ਇਹ ਮੰਡੀਕਰਨ ਸੀ ਉਹਨਾਂ ਕਿਸਾਨਾਂ ਵੱਲੋਂ ਬਹੁਤ ਜੋਸ਼ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਬਿੱਲ ਦੇ ਹੱਕ ਵਿੱਚ ਨਹੀਂ ਹਾਂ ਜੇ ਆਪਾਂ ਗੱਲ ਕਰੀਏ ਤੇ ਕੁਝ ਸੂਬੇ ਐਸੇ ਹੈਗੇ ਨੇ ਜਿਨ੍ਹਾਂ ਵਿੱਚ ਬਿਹਾਰ ਦੀ ਜੇ ਆਪਾਂ ਗੱਲ ਕਰੀਏ ਜੂਪੀ ਦੀ ਗੱਲ ਕਰੀਏ ਉਹਨਾਂ ਵਿੱਚ ਪਹਿਲਾਂ ਹੀ ਮੰਡੀਕਰਨ ਜਿਹੜਾ ਖਤਮ ਹੈ ਪਰ ਕੁਝ ਸੂਬੇ ਹੈਗੇ ਸਨ ਜਿਨ੍ਹਾਂ ਵਿੱਚ ਇਹ ਮੰਡੀਕਰਨ ਸੀ ਕਿਉਂਕਿ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਇਹ ਮੰਡੀਕਰਨ ਖਤਮ ਹੋਣ ਦਾ ਸਭ ਤੋਂ ਵੱਧ ਲਾਭ ਜਿਹੜੇ ਇੱਥੋਂ ਦੇ ਜਿਹੜੀਆਂ ਕੰਪਨੀਆਂ ਨੇ ਜਿਹੜੇ ਅਮੀਰ ਘਰਾਣੇ ਨੇ ਪੂੰਜੀਪਤੀ ਲੋਕ ਨੇ ਜਿਹੜੇ ਵਪਾਰੀ ਕਿਸਮ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਣਾ ਹੈ ਕਿਸਾਨਾਂ ਦਾ ਇਹਦੇ ਵਿੱਚ ਗळा ਘੁੱਟਿਆ ਜਾਣਾ ਹੈ ਕਿਉਂਕਿ ਇਹਦੇ ਨਾਲ ਨਾਲ ਜੇ ਆਪਾਂ ਓਵਰਆਲ ਪੂਰੇ ਦੇਸ਼ ਦੀ ਗੱਲ ਕਰੀਏ ਪੂਰੀ ਦੁਨੀਆ ਦੀ ਗੱਲ ਕਰੀਏ ਤੇ ਇਹ ਬਿੱਲ ਕਦੀ ਫਰਾਂਸ ਦੇ ਵਿੱਚ ਕਦੀ ਅਮਰੀਕਾ ਵਰਗੀਆਂ ਕੰਟਰੀਆਂ 'ਚ ਯੂਰਪ ਵਰਗੀਆਂ ਕੰਟਰੀਆਂ ਵਿੱਚ ਵੀ ਪਹਿਲਾਂ ਬਿੱਲ ਪਾਸ ਹੋ ਚੁੱਕੇ ਨੇ ਉਹਨਾਂ ਦੇਸ਼ਾਂ ਵਿੱਚ ਜੋ ਕਿਸਾਨ ਦੀ ਹਾਲਤ ਹੈ ਆਪਾਂ ਨੂੰ ਸਾਰਾ ਪਤਾ ਹੀ ਹੈ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾਂ ਯੂਰਪ ਵਰਗੀਆਂ ਕੰਟਰੀਆਂ ਦੇ ਵਿੱਚ ਜੇ ਆਮ ਵਿਅਕਤੀ ਦੀ ਮਰਨ ਦੀ ਗਿਣਤੀ ਲੱਖ ਹੈ ਤੇ ਆਪਾਂ ਇਹ ਕਹਿ ਸਕਦੇ ਵੀ ਡੇਢ ਗੁਣਾ ਵੱਧ ਕਿਸਾਨ ਜਿਹੜਾ ਹੈ ਉਹ ਆਤਮ ਹੱਤਿਆਵਾਂ ਕਰ ਰਿਹਾ ਹੈ ਅਜੇ ਉਹ ਕਿੰਨੇ ਖੁਸ਼ਹਾਲ ਦੇਸ਼ ਨੇ ਅਜੇ ਉਹਨਾਂ ਦੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕਿਸਾਨ ਦਾ ਜੀ ਉੱਥੇ ਗੜਾ ਕੁੱਟਿਆ ਜਾ ਰਿਹਾ ਹੈ ਜੇ ਇਹਨਾਂ ਆਰਡੀਨਸਾਂ ਦਾ ਉੱਥੇ ਫਾਇਦਾ ਨਹੀਂ ਹੋਇਆ ਤੇ ਇਹ ਭਾਰਤ ਵਿੱਚ ਇਹਨਾਂ ਸੂਬਿਆਂ ਵਿੱਚ ਕਿਦਾਂ ਫਾਇਦਾ ਹੋ ਸਕਦਾ ਹੈ ਇਹ ਵੇਖਣ ਦੀ ਲੋੜ ਹੈ ਤੋਂ ਸਭ ਤੋਂ ਮੇਨ ਗੱਲ ਇਹ ਹੈ ਕਿ ਤੁਸੀਂ ਵੇਖੋ ਵੀ ਕਿਸਾਨ ਅਮਨ ਸ਼ਾਂਤੀ ਦੇ ਨਾਲ ਇਹ ਧਰਨਾ ਦੇ ਰਹੇ ਨੇ ਰੂਸ ਮੁਜਾਹਰਾ ਕਰ ਰਹੇ ਨੇ ਕਿ ਅਸੀਂ ਇਸ ਬਿੱਲ ਦੇ ਵਿਰੋਧ ਵਿੱਚ ਆ ਕਿ ਕਿ ਇਹਦੇ ਨਾਲ ਨੁਕਸਾਨ ਕੀ ਹੋਣਾ ਹੈ ਜਿਹੜਾ ਸਰਕਾਰੀ ਰੇਟ ਆਉਂਦਾ ਸੀ ਮੰਡੀਆਂ ਵਿੱਚ ਜਿੰਸ ਜਾਂਦੀ ਸੀ ਤੇ ਉਹ ਕਿਸਾਨ ਜਾ ਕੇ ਮੰਡੀ ਵਿੱਚ ਵੇਚਦਾ ਸੀ ਤੇ ਮੰਡੀ ਵਿੱਚ ਉਹ ਜਿੰਸ ਜਾਣ ਨਾਲ ਜਿਹੜਾ 5000 ਕਰੋੜ ਰੁਪਏ ਦਾ ਫਾਇਦਾ ਮੰਡੀ ਬੋਰਡ ਨੂੰ ਹੁੰਦਾ ਸੀ ਤੇ ਫਿਰ ਉਹ ਪੈਸਾ ਇਹ ਜੇ ਆਪਾਂ ਲਿੰਕ ਰੋਡਾਂ ਦੀ ਗੱਲ ਕਰੀਏ ਉਹ ਕਮ ਸੇ ਕਮ ਸੂਬੇ ਵਿੱਚ ਲੱਗਦਾ ਸੀ ਹੁਣ ਇਹ ਪੈਸਾ ਇਹ ਅਸਿੱਧੇ ਰੂਪ ਦੇ ਵਿੱਚ ਜੇ ਆਪਾਂ ਇਹ ਕਹੀਏ ਕਿ ਉਹ ਪੂੰਜੀਪਤੀ ਲੋਕ ਉਹ ਵਪਾਰੀ ਲੋਕ ਉਹਨਾਂ ਫਰਮਾਂ ਉਹਨਾਂ ਕੰਪਨੀਆਂ ਦੀ ਜੇ ਵਿੱਚ ਜਾਣਾ ਹੈ ਤੇ ਗਲਾ ਕਿਹਦਾ ਕੁੱਟਿਆ ਜਾਣਾ ਹੈ ਨੁਕਸਾਨ ਕਿਹਦਾ ਹੋਣਾ ਹੈ ਸੂਬੇ ਦਾ ਵੇਖੋ ਜੇ ਇਹ ਬਿੱਲ ਕਿਰਸਾਨ ਦੇ ਹੱਕ ਵਿੱਚ ਹੁੰਦਾ ਤੇ ਕਿਸਾਨ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਸੀ ਕਿਉਂਕਿ ਸਾਰੇ ਕਿਸਾਨ ਆਪਾਂ ਅਨਪੜ੍ਹ ਵੀ ਨਹੀਂ ਕਹਿ ਸਕਦੇ ਕਿਸਾਨਾਂ ਵਿੱਚ ਵੀ ਬਹੁਤ ਪੜ੍ਹੇ ਲਿਖੇ ਉਹਨਾਂ ਦੇ ਗਾੜੀ ਬੱਚੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਨੂੰ ਪਤਾ ਹੈ ਜਾਂ ਜਿਹੜੇ ਲੋਕ ਇਹਦੇ ਹੱਕ ਵਿੱਚ ਆਵਾਜ਼ ਉਠਾ ਰਹੇ ਨੇ ਸਭ ਤੋਂ ਮੇਨ ਗੱਲ ਵੇਖਣ ਵਾਲੀ ਇਹ ਹੈ ਕਿ 2012 ਦੇ ਵਿੱਚ ਜਦੋਂ ਇਹੋ ਬਿੱਲ ਕਾਂਗਰਸ ਜਿਹੜੀ ਸੀ ਉਹ ਪਾਸ ਕਰਨਾ ਚਾਹੁੰਦੀ ਸੀ ਤੇ ਉਸ ਵਕਤ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਣ ਵਾਲੇ ਭਾਜਪਾ ਸੀ ਜਿਨ੍ਹਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ ਅੱਜ ਉਹ ਬੀਜੇਪੀ ਹੈ ਜਿਹੜੀ ਬਿੱਲ ਦੇ ਹੱਕ ਵਿੱਚ ਹੈ ਯਾਨੀ ਕਿ ਬਿੱਲ ਜਿਹਨੇ ਪਾਸ ਕਰ ਦਿੱਤਾ ਦੂਜੀ ਗੱਲ ਇਹ ਕਿ ਜਿਹੜੇ ਕਿਸਾਨ ਤੁਸੀਂ ਵੇਖੋ ਜਦੋਂ ਇੱਥੇ ਗੱਠ ਜੋੜ ਜਦੋਂ ਸਾਂਝੀ ਸਰਕਾਰ ਬਣਦੀ ਆਪਾਂ ਜੇ ਪੰਜਾਬ ਸੂਬੇ ਦੀ ਗੱਲ ਕਰੀਏ ਵੇ ਕੋਈ ਧੱਕਾ ਤੇ ਸਾਰਿਆਂ ਕਿਸਾਨਾਂ ਨਾਲ ਕਿਸੇ ਸੂਬੇ ਦੇ ਵੀ ਕਿਸਾਨ ਹੋਣ ਪਰ ਆਪਾਂ ਜੀ ਗੱਲ ਆਪਣੇ ਇੱਥੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤੇ ਇੱਥੇ ਜਦੋਂ ਗੱਠ ਜੋੜ ਹੁੰਦਾ ਹੈ ਤੁਸੀਂ ਵੇਖੋ ਕਿਦਾਂ ਬੀਜੇਪੀ ਦੇ ਹੱਕ ਵਿੱਚ ਅਸੀਂ ਜਿਹੜੇ ਝੰਡੇ ਲੈ ਕੇ ਤੁਰਦੇ ਆ ਉਦੋਂ ਅਸੀਂ ਉਦੋਂ ਕਹਿੰਦੇ ਬਈ ਅਕਾਲੀ ਤੇ ਬੀਜੇਪੀ ਸਾਂਝੀ ਸਰਕਾਰ ਜਿਹੜੀ ਉਹ ਬਣਾਏਗੀ ਤੁਰ ਨਾਟਕ ਖੇਡਿਆ ਜਾ ਰਿਹਾ ਜੇ ਜੇ ਆਪਾਂ ਗੱਲ ਕਰੀਏ ਵੀ ਹਰ ਸਿਮਰਤ ਕੌਰ ਦੀ ਬੀਬੀ ਦੀ ਉਹਨੇ ਜੀ ਅਸਤੀਫਾ ਦਿੱਤਾ ਤੇ ਗੇਮ ਹੈ ਇੱਕ ਤੁਸੀਂ ਵੇਖੋ ਅਸਤੀਫਾ ਦੇ ਕੇ ਵੀ ਨਾਲ ਇੱਕ ਬਿਆਨ ਦਿੱਤਾ ਜਾ ਰਿਹਾ ਹੈ ਇਹ ਅਕਾਲੀ ਸਰਕਾਰ ਅਕਾਲੀ ਲੀਡਰਾਂ ਵੱਲੋਂ ਕਿ ਗੱਠਜੋੜ ਜਿਹੜਾ ਵਾ ਉਹ ਜਾਰੀ ਰਹੇਗਾ ਮਤਲਬ ਵੇਖੋ ਕਿੰਨੀ ਹਾਸੇ ਹੋਣੀ ਗੱਲ ਹੈ ਵੀ ਮਤਲਬ ਤਲਾਕ ਲੈ ਕੇ ਵੀ ਵਸਣਾ ਫੇਰ ਉੱਥੇ ਹੀ ਹੈ ਡਿਵੋਰਸ ਹੋਣ ਤੋਂ ਬਾਅਦ ਵੀ ਵਸਣਾ ਉੱਥੇ ਇਹ ਬੜੀ ਗੇਮ ਪਲਾਨ ਹੈ ਵੀ ਇਹ ਲੋਕ ਕਿਉਂ ਕਿਉਂਕਿ ਅਗਲੇ ਨੂੰ 2022 ਦੇਸ ਰਿਹਾ ਹੈ ਅਗਲੇ ਨੂੰ 2022 ਦਿਸ ਰਿਹਾ ਵੀ ਅੱਗੇ 2022 ਆਉਣਾ ਹੈ ਵੋਟਾਂ ਦਾ ਦਿਨ ਹੈ ਤੇ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਪਹੁੰਚਾਉਣ ਲਈ ਵੀ ਵੇਖ ਲਓ ਤੁਹਾਡੇ ਬਦਲੇ ਅਸੀਂ ਅਸਤੀਫਾ ਵੀ ਦਿੱਤਾ ਹੈ ਤੋਂ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਜੇ ਆਪਾਂ ਇਹ ਗੱਲ ਵੇਖੀਏ ਵੀ ਇਹ ਜੇ ਬਿੱਲ ਜਿਹੜੇ ਪਾਸ ਹੋਏ ਨੇ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਕਿਸਾਨ ਜੋ ਮਹਿਸੂਸ ਕਰ ਰਿਹਾ ਵੇਖੋ ਜੇ ਆਪਾਂ ਕਿਸੇ ਸੂਬੇ ਦੀ ਗੱਲ ਕਰੀਏ ਤੇ ਕਿਸਾਨ ਜਿਹੜਾ ਹੈ ਉਹ ਦੇਸ਼ ਉਹ ਸੂਬੇ ਦੀ ਰੀੜ ਦੀ ਹੱਡੀ ਹੋਇਆ ਕਰਦਾ ਹੈ ਕਿਉਂਕਿ ਜੇ ਦੁੱਧ ਦੀ ਗੱਲ ਕਰੀਏ ਜਿੰਨੀਆਂ ਵੀ ਸਬਜ਼ੀਆਂ ਦੀ ਆਪਾਂ ਗੱਲ ਕਰੀਏ ਜੋ ਵੀ ਸਾਡੇ ਘਰ ਚ ਅਨਾਜ ਹੈ ਜੇ ਆਪਾਂ ਇੰਜ ਕਹ ਲਈਏ ਵੀ ਸਾਡੀ ਥਾਲੀ ਵਿੱਚ ਜਿਹੜਾ ਖਾਣਾ ਪਰੋਸਿਆ ਜਾਂਦਾ ਉਹ ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਹੈ ਮਿਹਨਤ ਕਰਦਾ ਹੈ ਤੇ ਕੱਲਾ ਇਹ ਨੁਕਸਾਨ ਕਿਸਾਨ ਦਾ ਨਹੀਂ ਹੈ ਜੇ ਆਪਾਂ ਖੇਤੀਬਾੜੀ ਨਾਲ ਵੇਖੀ ਤੇ ਬਹੁਤ ਕੁਝ ਜੁੜਿਆ ਹੋਇਆ ਹੈ ਜਿਹੜੇ ਅੱਜ ਮਹਿਸੂਸ ਕਰਦੇ ਵੀ ਸਾਨੂੰ ਇਹਦੇ ਬਾਰੇ ਬੋਲਣ ਦੀ ਕੀ ਲੋੜ ਹੈ ਜਿਹੜੇ ਦੁਕਾਨਾਂ 'ਚ ਬੈਠੇ ਲੋਕ ਨੇ ਉਹਨਾਂ ਦੇ ਮਨ 'ਚ ਹੈ ਵੀ ਸ਼ਾਇਦ ਸਾਡਾ ਨੁਕਸਾਨ ਨਹੀਂ ਹੈ ਨੁਕਸਾਨ ਹੈ ਉਕਝ ਨੂੰ ਕਿਸਾਨ ਦੇ ਘਰ 4 ਚਾਰ ਮਾਣੇ ਆਉਂਦੇ ਨੇ ਉਹਨੇ ਆਪਣੀ ਬੇਟੀ ਦਾ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਹੈ ਉਹਨੇ ਕੱਪੜਾ ਖਰੀਦਣ ਜਾਣਾ ਹੈ ਕੱਪੜੇ ਵਾਲੇ ਦਾ ਕੱਪੜਾ ਵਿਖਦਾ ਹੈ ਉਹਨੇ ਆਪਣੇ ਪੁੱਤਰ ਦੀ ਦਾ ਆਨੰਦ ਕਾਰਜ ਕਰਨਾ ਹੈ ਉਹਦਾ ਗਹਿਣਾ ਵਿਖਣਾ ਹੈ ਉਹਨੇ ਗਹਿਣਾ ਖਰੀਦਣਾ ਹੈ ਸੁਨਿਆਰੇ ਦਾ ਗਹਿਣਾ ਵਿਖਣਾ ਹੈ ਉਹਨੇ ਉਹਨੇ ਕੋਈ ਘਰ ਬਣਾਉਣਾ ਹੈ ਸਰੀਆ ਸੀਮਿੰਟ ਬੱਜਰੀ ਖਰੀਦਣੀ ਉਹਨੇ ਜੇ ਕਿਸਾਨ ਦੇ ਕੋਲ ਹੀ ਪੈਸਾ ਨਹੀਂ ਹੋਏਗਾ ਸੋਚ ਕੇ ਵੇਖੋ ਕਿੱਡੀ ਵੱਡੀ ਜਿਹੜੀ ਮਾਰ ਹੈ ਉਹ ਜਿਹੜੀ ਪਵੇਗੀ ਤੋ ਇਹ ਕਲਾ ਕਿਸਾਨ ਦਾ ਨਹੀਂ ਕਿਸਾਨ ਦੇ ਉਸ ਕੰਮ ਨਾਲ ਕਿੰਨਾ ਕੁ ਜੁੜਿਆ ਹੋਇਆ ਜਦੋਂ ਫਸਲਾਂ ਆਉਂਦੀਆਂ ਨੇ ਤੁਸੀਂ ਵੇਖੋ ਇਹ ਇਹ ਗੱਲ ਸਹਿਦ ਹੀ ਨਹੀਂ ਇਹ ਗੱਲ ਪਹਿਦੀ ਹੈ ਹੁਣ ਹੁਣ ਨਵਾਂ ਨਵਾਂ ਲੱਗੇਗਾ ਜਿੱਦਾਂ ਬਿਆਨ ਦਿੱਤਾ ਜਾ ਰਿਹਾ ਵੀ ਹੁਣ ਹੋ ਸਕਦਾ ਵੀ ਕਿਸਾਨ ਆਪਣੀ ਮਰਜ਼ੀ ਨਾਲ ਫਸਲ ਜਿਹੜਾ ਵੇਚ ਸਕਦਾ ਹੋ ਸਕਦਾ ਕਿ ਜੇ 2000 ਆਪਾਂ ਕਿਸੇ ਏਜੰਟਸ ਦਾ ਰੇਟ ਲਾਈਏ ਤੇ ਹੋ ਸਕਦਾ ਕਿ ਉਹ 50 60 100 ਰੁਪਇਆ ਕੋਈ ਵਪਾਰੀ ਵੱਧ ਦੇ ਕੇ ਸਾਨੂੰ ਖਿਚਣ ਦੀ ਕੋਸ਼ਿਸ਼ ਕਰੇ ਤੇ ਸਾਨੂੰ ਲੱਗੇ ਵੀ ਉੱਥੇ ਮੇਰਾ 2200 ਰੇਟ ਲੱਗ ਰਿਹਾ ਇੱਥੇ ਮੇਰਾ 2000 ਰੇਟ ਲੱਗ ਰਿਹਾ ਉੱਥੇ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਵੀ ਇਹਨਾਂ ਨੇ ਬਹੁਤ ਤਰੀਕੇ ਦੇ ਨਾਲ ਇਹ ਸਾਡੇ ਵਿੱਚ ਇਹ ਜਿਹੜਾ ਖਲਾ ਜਿਹੜਾ ਉਹ ਪੈਦਾ ਕਰਨਾ ਕਿਉਂਕਿ ਲਾਲਚ ਜਿਹਨੂੰ ਆਪਾਂ ਲਾਲਚ ਕਹਿੰਦੇ ਵੀ ਲਾਲਚ ਬੁਰੀ ਬਲਾਏ ਉਹਨਾਂ ਨੇ ਹੌਲੀ ਹੌਲੀ ਇਹ ਚੀਜ਼ ਨੂੰ ਕਿੱਦਾਂ ਡੈਮੇਜ ਕਰਨਾ ਕਿ ਥੋੜਾ ਥੋੜਾ ਲਾਲਚ ਦੇ ਕੇ ਕਿਸਾਨਾਂ ਨੂੰ ਵੀ ਇਥੋਂ ਜਿੰਸ ਜਿਹੜੀ ਹੈ ਉਹਦਾ ਰੇਟ ਸਾਨੂੰ ਵੱਧ ਮਿਲ ਰਿਹਾ ਹੌਲੀ ਹੌਲੀ ਸਾਡੇ ਵਿੱਚੋਂ ਸਾਰਾ ਕੁਝ ਖਤਮ ਕੀਤਾ ਜਾਏਗਾ ਤੋ ਖੈਰ ਜਿਹੜੀ ਮੇਨ ਗੱਲ ਨੋਟ ਕਰਨ ਵਾਲੀ ਹੈ ਕਿ ਜੇ ਸਰਕਾਰਾਂ ਇੱਥੇ ਵਧੀਆ ਰੋਜਗਾਰ ਪੈਦਾ ਕਰਨ ਵੇਖੋ ਆ ਜਿਹੜੀਆਂ ਨੀਤੀਆਂ ਜਾਂ ਜਿਹੜੇ ਬਿੱਲ ਪਾਸ ਕੀਤੇ ਜਾ ਰਹੇ ਨੇ ਸਿੱਧੇ ਭਾਸ਼ਾ 'ਚ ਕਹੀਏ ਵੀ ਸਮਾਜ ਦਾ ਲੱਕ ਤੋੜਿਆ ਜਾ ਰਿਹਾ ਹੈ ਕਿਸਾਨ ਦਾ ਲੱਕ ਤੋੜਿਆ ਜਾ ਰਿਹਾ ਹੈ ਫਿਰ ਅਸੀਂ ਕਹਿੰਨੇ ਵੀ ਸਾਡੇ ਬੱਚੇ ਇਸ ਦੇਸ਼ ਵਿੱਚ ਰਹਿਣ ਨੂੰ ਤਿਆਰ ਨਹੀਂ ਹੈ ਸੂਬੇ ਵਿੱਚ ਰਹਿਣ ਨੂੰ ਤਿਆਰ ਨਹੀਂ ਕੀ ਕਰ ਲੋ ਸੋਚ ਕੇ ਦੇਖੋ ਤੁਸੀਂ ਅੱਜ ਪੜਿਆ ਲਿਖਿਆ ਪੜਿਆ ਲਿਖਿਆ ਵਿਅਕਤੀ ਹੱਥ ਵਿੱਚ ਡਿਗਰੀਆਂ ਲੈ ਕੇ ਰੋਡ ਤੇ ਘੁੰਮ ਰਿਹਾ ਕਿਸਾਨਤ ਮਿਹਨਤ ਕਰ ਰਿਹਾ ਹੈ ਮੁਸ਼ਕਲ ਕਰ ਰਿਹਾ ਦਿਨ ਰਾਤ ਖਪਦਾ ਹੈ ਤੁਸੀਂ ਵੇਖੋ ਉਹ ਜਿੰਸ ਉਹ ਫਸਲ ਜਦੋਂ ਕਿਸਾਨ ਦੇ ਕੋਲ ਹੁੰਦੀ ਹੈ ਵਿਚਾਰਾ ਸੁੱਟ ਕੇ ਆਉਂਦਾ ਹੈ ਜਦੋਂ ਉਹ ਹੀ ਜਿਹੜੇ ਉਥੋਂ ਦੇ ਵਪਾਰੀ ਕਿਸਮ ਦੇ ਲੋਕ ਨੇ ਉਹਨਾਂ ਕੋਲ ਪਹੁੰਚ ਜਾਂਦਾ ਹੈ ਫਿਰ ਉਹ ਤੋਲਿਆਂ ਦੇ ਨਾਲ ਵੇਚਦਾ ਹੈ ਬੜੇ ਤਰੀਕੇ ਨਾਲ ਤੁਸੀਂ ਚਾਹੇ ਮਟਰਾਂ ਦੀ ਗੱਲ ਕਰ ਲਓ ਚਾਹੇ ਆਲੂ ਦੀ ਗੱਲ ਕਰ ਲਓ ਚਾਹੇ ਤੁਸੀਂ ਪਿਆਜ਼ ਦੀ ਗੱਲ ਕਰ ਲਓ ਬੜੀ ਗੇਮ ਪਲਾਨ ਦੇ ਨਾਲ ਕਿਉਂਕਿ ਸਾਡਿਆਂ ਨੂੰ ਬਹੁਤੇ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਤੇ ਇਸੇ ਕਰਕੇ ਅੱਜ ਸਾਡਾ ਨੁਕਸਾਨ ਸਭ ਤੋਂ ਵੱਡਾ ਹੋ ਰਿਹਾ ਹੈ ਅੱਜ ਕਿਸਾਨ ਦਾ ਪੁੱਤ ਕਿਉਂ ਬਾਹਰ ਨੂੰ ਭੱਜ ਰਿਹਾ ਕਹਿੰਦਾ ਡੇਢ 2 ਕਿੱਲੇ ਵੇਚੋ ਤੇ ਬਾਹਰ ਜਾਓ ਜਾ ਕੇ ਉੱਥੇ ਭਾਵੇਂ ਖੇਤੀ ਮਜ਼ਦੂਰੀ ਕਰ ਲਓ ਇਸ ਇਹ ਲੀਡਰਾਂ ਵਾਸਤੇ ਚੁਣੌਤੀ ਹੈ ਇੱਥੇ ਇੱਥੇ ਜਿਹੜੇ ਲੀਡਰ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ ਜਿਹੜੇ ਮੂੰਹ 'ਚ ਬੋਲਣ ਨੂੰ ਤਿਆਰ ਨਹੀਂ ਹੈ ਮਾਫ ਕਰਨਾ ਇੱਥੇ ਕਈ ਲੀਡਰ ਵੀ ਨੇ ਜਿਨ੍ਹਾਂ ਦੀ ਹਜ਼ਾਰਾਂ ਕਿੱਲੇ ਏਕੜ ਜ਼ਮੀਨ ਹੈ ਉਹ ਵੀ ਨਹੀਂ ਬੋਲ ਰਹੇ ਹਜ਼ਾਰਾਂ ਏਕੜ ਜ਼ਮੀਨ ਜਿੰਨਾ ਦੀ ਹੈ ਉਹ ਵੀ ਮੂੰਹ ਚ ਕੂਣੀਆਂ ਪਾ ਕੇ ਬੈਠੇ ਨੇ ਕੱਤ ਕੱਤੇ ਤੁਸੀਂ ਆਪਣੀ ਲੀਡਰੀ ਕੱਤੇ ਚਮਕਾਓਗੇ ਜੇ ਜੇ ਪਬਲਿਕ ਹੀ ਨਾ ਰਹੀ ਮੈਂ ਕਹਿੰਦਾ ਬਜ਼ੁਰਗਾਂ ਦੇ ਵੇਖ ਕੇ ਤਰਸ ਨਹੀਂ ਆਉਂਦਾ ਕਿੱਦਾਂ ਉਹ ਤਰਨਿਆਂ ਤੇ ਜਾ ਕੇ ਬੈਠੇ ਨੇ ਇੱਥੇ ਉਹਨਾਂ ਨੌਜਵਾਨਾਂ ਵਾਸਤੇ ਵੀ ਹੈ ਕਿ ਅਸੀਂ ਕਿਹੜੇ ਬੰਨੇ ਤੁਰ ਪਏ ਹਾਂ ਬਜ਼ੁਰਗ ਤਰਨਿਆਂ ਤੇ ਜਾ ਕੇ ਬੈਠਾ ਹੈ ਤੇ ਨੌਜਵਾਨ ਕਲਾਕਾਰਾਂ ਦੇ ਪਿੱਛੇ ਲੜ ਰਹੇ ਕੁਝ ਨੌਜਵਾਨ ਗਏ ਨੇ ਸਿਰ ਚੁੱਕਦਾ ਸਲਾਮ ਹੈ ਉਹਨਾਂ ਨੌਜਵਾਨਾਂ ਨੂੰ ਕਿਉਂਕਿ ਮੈਂ ਵੀ ਇੱਕ ਕਿਸਾਨ ਦਾ ਬੇਟਾ ਹਾਂ ਸਾਡਾ ਵੀ ਖੇਤੀਬਾੜੀ ਦਾ ਨਾਲ ਕੰਮ ਹੈ ਪਰ ਮਹਿਸੂਸ ਹੁੰਦਾ ਹੈ ਕਿ ਕਿੱਦਾਂ ਅਗਲੇ ਇਹ ਇਹੋ ਜਿਹੀਆਂ ਨੀਤੀਆਂ ਅਪਣਾ ਕੇ ਸਾਨੂੰ ਅੰਦਰੋਂ ਡੈਮੇਜ ਕਰਨਾ ਚਾਹੁੰਦੇ ਨੇ ਫਿਰ ਜਦੋਂ ਜਦੋਂ ਨੌਜਵਾਨ ਢੜਕ ਪੜ੍ਹ ਕੇ ਕੁਰਾਏ ਪੈਂਦਾ ਹੈ ਅਗਲੇ ਹਥਿਆਰਾਂ ਤੇ ਹੱਥ ਪਾਉਂਦੇ ਨੇ ਤੇ ਫਿਰ ਕਹਿੰਦੇ ਨੇ ਜੀ ਇਹ ਤੇ ਉਗਰਵਾਦੀ ਨੇ ਉਹ ਕਿਸੇ ਸੂਬੇ ਦਾ ਵੀ ਕਿਸਾਨ ਹੋ ਸਕਦਾ ਹੈ ਇਹ ਨੀਤੀਆਂ ਨੇ ਜਿਹੜੀਆਂ ਸਾਨੂੰ ਅੰਦਰੋਂ ਮਾਰ ਰਹੀਆਂ ਨੇ ਡੈੱਡ ਕਰ ਰਹੀਆਂ ਨੇ ਤੁਸੀਂ ਵੇਖੋ ਬਿੱਲ ਕਿਸਾਨ ਦੇ ਕਹਿੰਦੇ ਹੱਕ ਵਿੱਚ ਹੈ ਇਹ ਆਰਡੀਨੈਂਸ ਕਹਿੰਦੇ ਕਿਸਾਨ ਦੇ ਹੱਕ ਵਿੱਚ ਹੈ ਤੇ ਬਣਾ ਕੌਣ ਰਿਹਾ ਹੈ ਏਸੀ ਰੂਮ ਚ ਬੈਠਾ ਬਣਾ ਕੌਣ ਰਿਹਾ ਬਾਣੀਆਂ ਕਿਸਮ ਦਾ ਬੰਦਾ ਬਣਾ ਕੌਣ ਰਿਹਾ ਬ੍ਰਾਹਮਣ ਬਣਾ ਕੌਣ ਰਿਹਾ ਖੱਤਰੀ ਬਿੱਲ ਕਿਸਾਨ ਦਾ ਜੇ ਬਾਕੀ ਹਰ ਬੰਦੇ ਦਾ ਮਾਫ ਕਰਨਾ ਬੜੇ ਤਰੀਕੇ ਨਾਲ ਤੁਸੀਂ ਵੇਖੋ ਕਿੱਦਾਂ ਇਥੋਂ ਇਹ ਤੂੰ ਖਤਮ ਕਿੱਦਾਂ ਕੀਤਾ ਗਿਆ ਮਾਲਵੇ ਚ ਕਿੰਨਾ ਨਰਮਾ ਕਪਾਹ ਹੁੰਦੀ ਸੀ ਕਪੜੇ ਦੀ ਮੇਲਾ ਗੁਜਰਾਤ ਇੱਥੋਂ ਨਰਮਾ ਕਪਾਹ ਉੱਥੇ ਜਾਂਦਾ ਉੱਥੋਂ ਕਪੜਾ ਬਣ ਕੇ ਫੇਰ ਇੱਥੇ ਆਉਂਦਾ ਇਹੋ ਮੇਲਾ ਪੰਜਾਬ ਵਿੱਚ ਬਣ ਸਕਦੀਆਂ ਸੀ ਜੇ ਮੇਲਾ ਪੰਜਾਬ ਵਿੱਚ ਹੁੰਦੀਆਂ ਉਹਨਾਂ ਮੇਲਾ ਦੇ ਵਿੱਚ ਵਰਕਰ ਪੰਜਾਬ ਦੇ ਹੁੰਦੇ ਉੱਥੇ ਵੱਡੇ ਵੱਡੇ ਅਫਸਰ ਪੰਜਾਬ ਦੇ ਫਿਰ ਕਿਉਂ ਸਾਡਾ ਨੌਜਵਾਨ ਬਾਹਰ ਨੂੰ ਭਜਦਾ ਪਰ ਇਹ ਇਹ ਗੱਲ ਕਿਹਨੇ ਕਰਨੀ ਸੀ ਜਿਹੜਾ ਸਾਡਾ ਲੀਡਰ ਸੀ ਤੇ ਲੀਡਰ ਨੂੰ ਉਹਨੂੰ ਤਾਂ ਵੋਟਾਂ ਚਾਹੀਦੀਆਂ ਸੀ ਵੋਟਾਂ ਆਗਲੇ ਨੇ 2 2 4 4000 ਰੁਪਏ ਤੇ ਅੱਜ ਅਸੀਂ ਰੋਡ ਤੇ ਕਿਉਂ ਰੋਲ ਰਹੇ ਹਾਂ ਉਹ ਤਰਨੇ ਸਾਨੂੰ ਲਾਉਣੇ ਪੈ ਰਹੇ ਨੇ ਕਿਉਂਕਿ ਅਸੀਂ ਸਰਕਾਰਾਂ ਚੁਣਨ ਵਕਤ ਸੁਚੇਤ ਨਹੀਂ ਹੁੰਦੇ ਉਦੋਂ ਅਸੀਂ ਉਸ ਉਹ ਉਹ ਨੁਮਾਇੰਦੇ ਨਹੀਂ ਚੁਣਦੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਖਲੋਣ ਜਿਹੜੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਕਦੀ ਮਾਲਵੇ ਵਿੱਚ ਕਿੰਨਾ ਨਰਮਾ ਕਪਾਹ ਹੁੰਦਾ ਸੀ ਇੱਥੋਂ ਇੱਥੋਂ ਕਪਾਹ ਤੇ ਨਰਮਾ ਦੂਜੀਆਂ ਸਟੇਟਾਂ ਜਾਂਦਾ ਹੈ ਗੁਜਰਾਤ ਵਰਗੀਆਂ ਸਟੇਟਾਂ ਚ ਉੱਥੋਂ ਫਿਰ ਕਪੜਾ ਬਣ ਕੇ ਪੰਜਾਬ ਚ ਉਹ ਕਪੜਾ ਜਦੋਂ ਇਸੇ ਆਣ ਕੇ 100 200 300 ਰੁਪਏ ਮੀਟਰ ਮਿਲਦਾ ਤੇ ਜੇ ਉਹੀ ਇੱਥੇ ਹੀ ਕਪਾ ਇੱਥੇ ਨਰਮਾ ਇੱਥੇ ਸਾਰਾ ਕੁਝ ਫੈਕਟਰੀਆਂ ਹੁੰਦੀਆਂ ਉਹ ਕਪੜਾ 100 ਰੁਪਏ ਮੀਟਰ ਮਿਲ ਸਕਦਾ ਸੀ ਕਿਉਂਕਿ ਜਿੰਨਾ ਉੱਥੋਂ ਰਸਤੇ ਦਾ ਕਿਰਾਇਆ ਕਿੰਨਿਆਂ ਵਿੱਚੋਂ ਵਪਾਰੀ ਲੋਕਾਂ ਨੇ ਖਾਦਾ ਇਹ ਭਾਰ ਕਿਤੇ ਪਿਆ ਇੰਜ ਕਹਿ ਲਈਏ ਵੀ ਕਰਸਾਨ ਦਾ ਹੀ ਨਰਮਾ ਕਪਾ ਜਦੋਂ ਉਹਦੇ ਗਾ ਲਾਣ ਕੇ ਕਪੜਾ ਪੈਂਦਾ ਜਿਹੜੀ ਕਦੀ ਉਹ ਕਪਾ ਸੁੱਟ ਕੇ ਆਉਂਦਾ ਫੇਰ ਉਹ ਹਜ਼ਾਰਾਂ ਦਾ ਕਪੜਾ ਖਿਦਕੇ ਆਪਣੇ ਗਲ ਪਾਉਂਦਾ ਹੈ ਕਦੀ ਸੋਚ ਕੇ ਵੇਖਿਓ ਤੁਸੀਂ ਉਹਨਾਂ ਨੌਜਵਾਨ ਵੀਰਾਂ ਨੂੰ ਵੀ ਹੈ ਵੀ ਤੁਸੀਂ ਬਹੁਤ ਕਲਾਕਾਰਾਂ ਦੇ ਪਿਛੇ ਝੰਡੇ ਚੱਕ ਲੈ ਬਜ਼ੁਰਗ ਧਰਨਿਆਂ ਤੇ ਬੈਠੇ ਨੇ ਬਜ਼ੁਰਗਾਂ ਦੀ ਤਾਂ ਲੰਘ ਗਈ ਹੈ 80 80 ਸਾਲ ਦੇ 90 90 ਸਾਲ ਦੇ 60 60 65 65 ਸਾਲ ਦੇ ਬਜ਼ੁਰਗ ਜਾਂ ਕਿ ਧਰਨਿਆਂ ਤੇ ਬੈਠੇ ਨੇ ਤੇ ਨੌਜਵਾਨ ਵਰਗ ਜਿਨ੍ਹਾਂ ਬਾਰੇ ਕਦੀ ਸੋਚੀਦਾ ਹੈ ਕਦੀ ਕਲਾਕਾਰਾਂ ਦੇ ਖਾੜੇ ਵੇਖੋ ਉੱਥੇ ਬਜ਼ੁਰਗ ਘਟ ਹੁੰਦੇ ਨੌਜਵਾਨ ਵੱਧ ਹੁੰਦੇ ਨੇ ਕੀ ਮਿਲਿਆ ਕਲਾਕਾਰਾਂ ਤੋਂ ਜਿਹੜੇ ਤੁਹਾਡੇ ਦਿਨ ਰਾਤ ਤੁਹਾਡੇ ਜ਼ਿਮੀਦਾਰਾਂ ਤੇ ਗਾਣੇ ਗਾਉਂਦੇ ਸੀ ਉਹਨਾਂ ਨੂੰ ਵਿਖਾਓ ਹੁਣ ਵੀ ਆ ਆ ਜ਼ਿਮੀਦਾਰ ਜਿਹਨੂੰ ਕਿੰਨੇ ਕਿੰਨੇ ਦਿਨ ਹੋ ਗਏ ਨੇ ਰੋਡ ਤੇ ਲੰਮੇ ਪਿਆ ਨੂੰ ਨੌਜਵਾਨ ਵੀ ਲੋਕ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਹੈ ਸचेत ਹੋ ਤੇ ਲੀਡਰਾਂ ਨੂੰ ਵੀ ਖਾਸ ਕਰਕੇ ਬੇਨਤੀ ਹੈ ਆਪਣੀਆਂ ਜ਼ਮੀਰਾਂ ਜਗਾਓ ਤੇ ਜਿਨੇ ਜਿਨੇ ਵੀ ਵਪਾਰੀ ਕਿਸਮ ਦੇ ਲੋਕ ਨੇ ਜਿਹੜੇ ਵੀ ਦੁਕਾਨਾਂ 'ਚ ਬੈਠੇ ਨੇ ਆਪਣੇ ਕਾਰੋਬਾਰ ਚਲਾ ਰਹੇ ਨੇ ਇਹ ਕੱਲਾ ਆਜਨਸ ਇਹ ਜਿਹੜਾ ਇਹ ਜਿਹੜਾ ਬਿੱਲ ਪਾਸ ਕੀਤੇ ਨੇ ਇਹ ਕੱਲੇ ਕਿਸਾਨ ਦੇ ਵਿਰੋਧ ਵਿੱਚ ਨਹੀਂ ਇਹ ਤੁਹਾਡੇ ਸਾਰਿਆਂ ਦੇ ਵਿਰੋਧ ਵਿੱਚ ਨੇ ਇਹ ਹੱਕ ਚ ਕਿਹਨਾਂ ਦੇ 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 ਹੱਕ ਚ ਪੂੰਜੀਪਤੀ ਲੋਕਾਂ ਦੇ ਵਪਾਰੀ ਲੋਕਾਂ ਦੇ ਇੱਥੇ ਵੱਡੀਆਂ ਵੱਡੀਆਂ ਫਰਮਾਂ ਆਉਣਗੀਆਂ ਮਾੜਾ ਕਿਸਾਨ ਖਤਮ ਖਤਮ ਕਰ ਦੇਣਗੇ ਇਕੱਲੇ ਜ਼ਮੀਨਾਂ ਤੇ ਰੇਟ ਡਾਊਨ ਕਰਨਗੇ ਫਿਰ ਮਰਦਾ ਬੰਦਾ ਕੀ ਨਹੀਂ ਕਰਦਾ ਜਦੋਂ ਮਰਦਾ ਬੰਦਾ ਗਾੜੀਆਂ ਨੂੰ ਰੌਲਾ ਪਾਏਗਾ ਫੇਕਣਗੇ ਜੀ ਸਾਡੇ ਗਾੜੀ ਅੱਖ ਚੱਕਦੇ ਨੇ ਸਿਰ ਚੱਕਦੇ ਨੇ ਸੁਚੇਤ ਹੋਣ ਦੀ ਲੋੜ ਹੈ ਇੱਥੇ ਸਾਨੂੰ ਆਪਣੇ ਫਰਜ਼ਾਂ ਦੀ ਪਛਾਣਨ ਦੀ ਜ਼ਰੂਰਤ ਹੈ ਖਾਸ ਕਰਕੇ ਤੇ ਮਾਫ ਕਰਨਾ ਸਾਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੇ ਅੱਜ ਚੁੱਪ ਕਰ ਗਏ ਸਦਾ ਵਾਸਤੇ ਸ਼ਾਇਦ ਹੋ ਸਕਦਾ ਹੈ ਹੋ ਸਕਦਾ ਰੌਲਾ ਪੈਣ ਨਾਲ ਹੋ ਸਕਦਾ ਵੀ ਇਹ ਸਟੇਟਾਂ ਉੱਠੀਆਂ ਨੇ ਇਹ ਸੂਬੇ ਉੱਠੇ ਨੇ ਹੋ ਸਕਦਾ ਕੁਝ ਸਮੇਂ ਵਾਸਤੇ ਇਹਦੇ ਚ ਢਿੱਲ ਕਰ ਦੇਣ ਪਰ ਅੱਗੇ ਤੋਂ ਸਜੇ ਤੋਂ ਹੁਣ ਪਹਿਚਾਨ ਲਿਓ ਕਿਹੜੇ ਕਿਹੜੇ ਲੋਕ ਕਿਸਾਨਾਂ ਦੇ ਹੱਕ ਵਿੱਚ ਖੜੇ ਨੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮਾਰਿਓ ਧਿਆਨ ਮੈਂ ਇਹ ਗੱਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਉਹਨਾਂ ਬਾਬਿਆਂ ਵੱਲ ਧਿਆਨ ਮਾਰਿਓ ਜਿਹੜੇ ਤੁਹਾਡੇ ਕਰਕੇ ਚਾਰ-ਚਾਰ ਬੋਰੀਆਂ ਸੁੱਟ ਕੇ ਜਾਂਦੇ ਸੀ ਵੇਖਿਓ ਪੱਲਾ ਜੀ ਬੋਲਦੇ ਨੇ ਵੇਖਿਓ ਪੱਲਾ ਤੁਹਾਡੇ ਨਾਲ ਜਾ ਕੇ ਖਲੋਤੇ ਨੇ ਜਿਹੜੇ ਦਾਵਾ ਕਰਦੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਜਿਹੜੇ ਲੀਡਰ ਤੁਹਾਡੇ ਘਰ ਜਾ ਕੇ ਤੁਹਾਡੇ ਟਿਊਬਲਾਂ ਤੇ ਜਾ ਕੇ ਜਿਹੜੇ ਹੱਥ ਦੇ ਉੱਤੇ ਐਦਾਂ ਰੋਟੀ ਰੱਖ ਕੇ ਉੱਤੇ ਸਰੋਂ ਦਾ ਸਾਗ ਤੇ ਉਹ ਖਾਂਦੇ ਸੀ ਵੀ ਅਸੀਂ ਵੇਖੋ ਜੀ ਇਹ ਲੀਡਰ ਇਹੋ ਜਿਹਾ ਵੀ ਨਾਟਕ ਕਈ ਲੀਡਰਾਂ ਨੇ ਕੀਤੇ ਗਰੀਬਾਂ ਦੇ ਘਰ ਜਾ ਕੇ ਸੁੱਤੇ ਵੀ ਖੇਤਾਂ ਦੇ ਜਾ ਕੇ ਰੋਟੀ ਵੀ ਖਾਧੀ ਅੱਜ ਕਿੱਥੇ ਨੇ ਅੱਜ ਕਿੱਥੇ ਨੇ ਅੱਜ ਉਹਨਾਂ ਤੇ ਮਾਫ ਕਰਨਾ ਤਰਨਤਾਰਨ ਦੇ ਇਲਾਕੇ ਦੀ ਗੱਲ ਹੈ ਕਿਰਸਾਨ ਜੂਨੀਅਨ ਦੇ ਵਰਕਰਾਂ ਨੇ ਧਰਨਾ ਲਾਇਆ ਸੀ ਤੇ ਇੱਕ ਡੇਰੇ ਵਿੱਚ ਚਾਹ ਦੀ ਦੇਗ ਬਣਨੀ ਸੀ ਚਾਹ ਦੀ ਦੇਗ ਬਣਨੀ ਸੀ ਤੇ ਬਾਬਾ ਜੀ ਅੰਦਰੋਂ ਨਿਕਲੇ ਕਹਿੰਦੇ ਚਾਹ ਕਿੰਨਾ ਦੀ ਬਣ ਰਹੀ ਹੈ ਜੀ ਕਹਿੰਦੇ ਜੀ ਕਿਰਸਾਨ ਜੂਨੀਅਨ ਵਾਲਿਆਂ ਨੇ ਧਰਨਾ ਲਾਇਆ ਹੈ ਕਿਰਸਾਨ ਵੀਰਾਂ ਨੇ ਧਰਨਾ ਲਾਇਆ ਕਹਿੰਦੇ ਕਾਦੇ ਵਿਰੁੱਧ ਕਹਿੰਦੇ ਸਰਕਾਰ ਵਿਰੁੱਧ ਕਹਿੰਦੇ ਚੱਕੋ ਇੱਥੋਂ ਸਰਕਾਰਾਂ ਵਿਰੁੱਧ ਧਰਨੇ ਲਾਉਂਦੇ ਹੋ ਤਾਂ ਚਾਹ ਸਾਡੇ ਡੇਰੇ 'ਚ ਬਣਾਉਂਦੇ ਹੋ ਫਿਰ ਉੱਥੇ ਕੁਝ ਕਿਸਾਨਾਂ ਨੇ ਰੌਲਾ ਪਾਇਆ ਇਹ ਡੇਰੇ ਕਿਹਨਾ ਦੇਣੀ ਜੀ ਇੱਥੇ ਇੱਕ ਇੱਕ ਇਟ ਪਿੰਡਾਂ ਵਿੱਚੋਂ ਆਏ ਸੇਵਾਦਾਰ ਲੋਕਾਂ ਨੇ ਲਾਈ ਹੈ ਪਰ ਫੇ ਵੀ ਸਾਡੀ ਜਮੀਰ ਜਾਗਦੀ ਨਹੀਂ ਕਿ ਇਹ ਇਹ ਜਿਹੜੇ ਬਦਮਾਸ਼ किस्म ਦੇ ਲੋਕ ਨੇ ਇਹ ਸਰਕਾਰਾਂ ਦੇ ਹੱਕ ਜੀ ਖੰਡਣਗੇ ਤੁਹਾਡੇ ਨਾਲ ਨਹੀਂ ਖੜਨਗੇ ਕਿਸਾਨ ਭਰਾਓ ਵੀਰੋ ਜਾਗੋ ਸੁਚੇਤ ਹੋ ਆਪਣੇ ਹੱਕਾਂ ਵਰਤੀ ਜਦਾਂ ਤੁਸੀਂ ਲੜਨਾ ਜਾਣਦੇ ਹੋ ਜਿੰਨੀਆਂ ਬੁਰਾਈਆਂ ਜੋ ਸਮਾਜ ਸਾਡੇ ਵਿੱਚ ਇਹ ਚੀਜ਼ਾਂ ਆ ਚੁੱਕੀਆਂ ਨੇ ਇਹਦੇ ਵਾਸਤੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਧੜਿਆਂ ਤੋਂ ਉੱਪਰ ਉੱਠ ਕੇ ਤੇ ਸਲੂਟ ਹੈ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੇ ਕਈ ਕੇ ਦਿਨ ਤੋਂ ਇਹਦਾ ਰੋਸ ਮਜਾਰੇ ਕਰ ਰਹੇ ਨੇ ਉਹ ਕਿਸੇ ਦੇ ਗਾਲ ਨਹੀਂ ਪੈਂਦੇ ਅੱਕੇ ਨੇ ਅਗਲੇ ਨੇ ਆਪਣੇ ਸੰਧਾਂ ਨੂੰ ਅੱਗ ਲਾਤੀ ਟ੍ਰੈਕਟਰਾਂ ਤੱਕ ਮਾਫ ਕਰਨਾ ਇਹ ਜਿਹੜੇ ਇਹ ਜਿਹੜੇ ਕਿਸਾਨ ਵਿਰੋਧੀ ਬਿੱਲ ਨੇ ਨਾ ਇੱਕ ਦਾ ਕੱਲਾ ਨੁਕਸਾਨ ਕਰਸਾਨਾ ਦਾ ਨਹੀਂ ਹੈ ਕਿੰਨੀਆਂ ਲੋਕਾਂ ਦੀਆਂ ਦੁਕਾਨਾਂ ਔਜ਼ਾਰ ਕੰਪੈਨਾਂ ਬਣਦੀਆਂ ਨੇ ਰੂਟਾ ਵੀਟਰ ਬਣਦੇ ਨੇ ਕਿਰਾਏ ਬਣਦੇ ਨੇ ਔਜ਼ਾਰ ਜਿਨ੍ਹਾਂ ਦੀਆਂ ਦੁਕਾਨਾਂ ਨੇ ਮਾਫ ਕਰਨਾ ਬਹੁਤਿਆਂ ਦੀ ਕਈ ਵਾਰੀ ਆਪਣੀ ਜ਼ਮੀਨ ਹੁੰਦੀ ਨਹੀਂ ਪਰ ਔਜ਼ਾਰ ਉਹਨਾਂ ਦੀਆਂ ਦੁਕਾਨਾਂ ਤੋਂ ਖਰੀਦੇ ਜਾਂਦੇ ਨੇ ਜੇ ਕਿਸਾਨ ਹੀ ਨਾ ਰਹਾ ਜੇ ਖਰਸਾਨੀ ਖਤਮ ਹੋ ਗਿਆ ਤੁਹਾਡੇ ਔਜ਼ਾਰ ਕਿਹਨਾਂ ਨੇ ਖਿਦਨੇ ਨੇ ਇੱਥੇ ਤਾਂ ਉਹ ਬਾਣੀ ਚ ਲਿਖਿਆ ਨਾ ਕਿ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ ਜਦੋਂ ਜੰਗਲ ਚ ਅਗ ਲੱਗੀ ਹੋਵੇ ਨਾ ਤੇ ਪਹਿਲੇ ਆਪਣਾ ਘਰ ਸਾਂਭਣਾ ਸ਼ੁਰੂ ਕਰ ਦੇਣਾ ਚਾਹੀਦਾ ਨਹੀਂ ਤੇ ਜੰਗਲ ਵਿੱਚ ਲੱਗੀ ਹੋਈ ਅਗ ਨੇ ਤੁਹਾਡਾ ਵੀ ਘਰ ਸਾੜ ਕੇ ਸੁਆਹ ਕਰ ਦੇਣਾ ਬਹੁਤ ਲੋਕ ਐਸੇ ਨੇ ਜਿਨ੍ਹਾਂ ਦੀ ਜ਼ਮੀਨ ਆਪਣੀ ਨਹੀਂ ਪਰ ਕਿਸਾਨਾਂ ਦੇ ਸਿਰ ਤੋਂ ਰੋਟੀ ਖਾਂਦੇ ਨੇ ਫੀਡਬੈਕ ਦੀ ਉਹਨਾਂ ਦੀ ਕਿਸਾਨ ਦੇ ਘਰ ਚਾਰ ਮੱਜਾਂ ਨੇ ਫੀਡ ਵੇਚਦਾ ਕੋਈ ਕੰਪਨੀ ਕੋਈ ਫਰਮ ਫੀਡ ਬਣਾਉਂਦੀ ਹੈ ਕੋਈ ਫੀਡ ਵੇਚਦਾ ਹੈ ਕੋਈ ਔਜ਼ਾਰ ਬਣਾਉਂਦਾ ਹੈ ਕੋਈ ਔਜ਼ਾਰ ਵੇਚਦਾ ਹੈ ਕਿੰਨੀਆਂ ਕੰਪਨੀਆਂ ਟਰੈਕਟਰ ਕਿੰਨਾ ਕੁਝ ਹੈ ਜੋ ਕਿਸਾਨ ਹੀ ਨਰਿਆ ਉਹਨੇ ਟਰੈਕਟਰ ਕੀ ਕਰਨਾ ਹੈ ਜੀ ਲੱਕ ਟੁੱਟ ਗਿਆ ਤੇ ਤੇ ਇਸ ਕਰਕੇ ਇਥੇ ਸਾਰਿਆਂ ਨੂੰ ਇੱਕ ਜੋਟੋ ਕੇ ਦੇਸ਼ ਮਾੜੇ ਨਹੀਂ ਹੁੰਦੇ ਨੀਤੀਆਂ ਮਾੜੀਆਂ ਹੁੰਦੀਆਂ ਨੇ ਕਿਹਦਾ ਦਿਲ ਕਰਦਾ ਕਿਸ ਨੌਜਵਾਨ ਦਾ ਦਿਲ ਕਰਦਾ ਜੀ ਆਪਣੇ ਬੱਚੇ ਆਪਣਾ ਪਰਿਵਾਰ ਆਪਣੀ ਮਾਂ 에ਅਰਪੋਰਟ ਤੇ ਰੁੰਦਿਆਂ ਛੱਡ ਕੇ ਜਾਵਾਂ ਤੇ 4-4 5-5 ਸਾਲ ਜਾ ਕੇ ਆਪਣੇ ਐਸੇ-ਐਸੇ ਨੌਜਵਾਨ ਵੇਖੇ ਨੇ ਜਿਨ੍ਹਾਂ ਦਸਾਂ ਦਸਾਂ 15-15 ਸਾਲਾਂ ਬਾਅਦ ਆਪਰੇ ਆਣ ਕੇ ਮਾਤਾ-ਪਿਤਾ ਦਾ ਮੂੰਹ ਵੇਖਿਆ ਪੱਕੇ ਹੁੰਦੇ ਮਾਰੇ ਕਿਸੇ ਦਾ ਦਿਲ ਨਹੀਂ ਕਰਦਾ ਸੱਚ ਹੈ ਤੇ ਵੀ ਅਸੀਂ ਵੀ ਕਹਿ ਦਿੰਨੇ ਆ ਬਾਹਰ ਨੂੰ ਕਿਉਂ ਜਾ ਰਹੇ ਨੇ ਆ ਹਾਲਾਤ ਬਣਾਏ ਜਾ ਰਹੇ ਨੇ ਇਹ ਹਾਲਾਤ ਇਨਾ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਇਹ ਵਕਤ ਹੀ ਨਾ ਹੋਵੇ ਸਾਡੇ ਅੰਦਰ ਸਦਾ ਜਾਗੋ ਪਰਖ ਪਰਚੋਲ ਕਰੋ ਤੇ ਨੌਜਵਾਨ ਵੀਰੋ ਸੁਚੇਤ ਹੋ ਕੇ ਆਪਣੇ ਹੱਕਾਂ ਲਈ ਲੜਨਾ ਸਿੱਖੀ ਅਸੀਂ ਬਹੁਤ ਲੜ ਲਿਆ ਲੀਡਰਾਂ ਪਿੱਛੇ ਬਹੁਤ ਲੜ ਲਿਆ ਬੜੇ ਬੜੀਆਂ ਲੀਡਰਾਂ ਨੇ ਆਪਣੇ ਸਾਡੇ ਜੂਥ ਵਿੰਗ ਬਣਾ ਲੈ ਹੱਕਾਂ ਪਿੱਛੇ ਲੜੋ ਲੜਨਾ ਕਾਦਣਾ ਸੁਚੇਤ ਹੋ ਐਸ ਵਕਤ ਦਿਮਾਗ ਦੀ ਵਰਤੋਂ ਕਰੋ ਲੜਨ ਦਾ ਉਸ ਦਿਨ ਕਿਹਦਾ ਗਾਟਾ ਲਾ ਦੇਣਾ ਕਿਹਨੂੰ ਕਿਰਪਾਨ ਮਾਰ ਦੇਣੀ ਹੈ ਨਾ ਲੜਨ ਦਾ ਅਰਥ ਹੈ ਸੁਚੇਤ ਹੋ ਅਜੋ ਕਈ ਨੌਜਵਾਨ ਵੇਖੇ ਮੈਂ ਜਾ ਕੇ ਧਰਨੇ ਤੇ ਜਿਹਨੂੰ ਲੈਕਚਰ ਕਰਦੇ ਨੇ ਜਦੋਂ ਬੋਲਦੇ ਨੇ ਸਮਝ ਆਉਂਦੀ ਹੈ ਵੀ ਪੜੇ ਲਿਖੇ ਨੌਜਵਾਨ ਵੀ ਸਾਡੇ ਚ ਹੈਗੇ ਨੇ ਪਰ ਕਈ ਤਾਂ ਸਭ ਝੰਡਾ ਚੱਕਣਾ ਜਾਣਦੇ ਨੇ ਮਗਰ ਉਹਨਾਂ ਨੂੰ ਪਾਵੇਂ ਕਾਂਗਰਸੀ ਪਿੱਛੇ ਲਾ ਲੈ ਪਾਵੇਂ ਕੋਈ ਅਕਾਲੀ ਲੀਡਰ ਪਿੱਛੇ ਲਾ ਲੈ ਕੋਈ ਭਾਜਪਾ ਵਾਲਾ ਪਿੱਛੇ ਲਾ ਲੈ ਬਸ ਅਖਾਵੇ ਮਿੱਟੀ ਕੇ ਤੁਰਨੇ ਤਾਂ ਖੈਰ ਇਸ ਕਿਸਾਨ ਵਿਰੋਧੀ ਬਿੱਲ ਦਾ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਸੁਚੇਤ ਹੋਈਏ ਆਪ ਉਹ ਆਪਣੇ ਇਲਾਕਿਆਂ ਵਿੱਚ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ ਤੇ ਲੀਡਰਾਂ ਨੂੰ ਮਾਫ ਕਰਨਾ ਇਹ ਸਰਕਾਰ ਨੂੰ ਵੀ ਦੁਬਾਰਾ ਚਾਹੀਦਾ ਹੈ ਕਿ ਇਹ ਇਹ ਜਿਹੜੇ ਅੱਜ ਨਾਲ ਸਪਾਸ ਕੀਤੇ ਨੇ ਇਹਤੇ ਇੱਕ ਵਾਰੀ ਦੁਬਾਰਾ ਨਿਗਾਹ ਮਾਰੀ ਜਾਏ ਜੇ ਪਬਲਿਕ ਭੜਕ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਨੁਕਸਾਨ ਹੋ ਸਕਦਾ ਹੈ ਠੀਕ ਹੈ ਪੂੰਜੀਪਤੀਏ ਲੋਕ ਤੁਸੀਂ ਜਿਹੜੇ ਕਰੋੜਾਪਤੀ ਅਰਬਾਪਤੀ ਜਿਹੜੇ ਵਪਾਰੀ ਕਿਸਮ ਦੇ ਲੋਕ ਹੈ ਉਹਨਾਂ ਦੇ ਹੱਕ ਚ ਭੁਗਤੋਗੇ ਪਰ ਯਾਦ ਰੱਖਣਾ ਜਿਹੜਾ ਕਿਸਾਨ ਹੈ ਪਿਛਲੇ ਦਿਨੀ ਕਈਆਂ ਲੋਕਾਂ ਵੀ ਬਿਆਨ ਦਿੱਤੇ ਅੱਜ ਕਿਸਾਨ ਦੁੱਧ ਸਬਜ਼ੀ ਸਭ ਕੁਝ ਬੰਦ ਕਰ ਦੇਵੇ ਤੁਹਾਡੇ ਡਾਈਨਿੰਗ ਟੇਬਲ ਤੇ ਅਮੀਰ ਤੋਂ ਅਮੀਰ ਬੰਦੇ ਦੇ ਡਾਈਨਿੰਗ ਟੇਬਲ ਤੇ ਭੋਜਨ ਕਿੱਥੋਂ ਆਉਂਦਾ ਹੈ ਦੁੱਧ ਕਿੱਥੋਂ ਆਉਂਦਾ ਹੈ ਕਿੰਨਾ ਦੁੱਧ ਨਕਲੀ ਬਣ ਰਿਹਾ ਹੈ ਹਜ਼ਾਰਾਂ ਲੱਖਾਂ ਕਰੋੜਾਂ ਲੀਟਰ ਦੁੱਧ ਦੀ ਖਪਤ ਹੈ ਤੇ ਦੁੱਧ ਤੇ ਥੋੜਾ ਜਿਹਾ ਹੀ ਪੈਦਾ ਹੋ ਰਿਹਾ ਹੈ ਬਾਕੀ ਕਿਥੋਂ ਰਿਹਾ ਨਕਲੀ ਦੁੱਧ ਬਣ ਰਿਹਾ ਹੈ ਆ ਜਿਹੜੇ ਸ਼ਹਿਰਾਂ ਵਿੱਚ ਬਹੁਤਿਆਂ ਥਾਵਾਂ ਤੇ ਨਕਲੀ ਦੁੱਧ ਪੈਦਾ ਕੀਤਾ ਜਾ ਰਿਹਾ ਹੈ ਨਕਲੀ ਦੁੱਧ ਵੇਚਿਆ ਤੇ ਖਰੀਦਿਆ ਜਾ ਰਿਹਾ ਹੈ ਖੈਰ ਬਹੁਤ ਕੁਝ ਹੈ ਇੱਥੇ ਵੀ ਜੇ ਵਧੀਆ ਰੁਜ਼ਗਾਰ ਪੈਦਾ ਕੀਤਾ ਜਾਵੇ ਤੇ ਕੋਈ ਪੰਜਾਬ ਦਾ ਨੌਜਵਾਨ ਬਾਹਰ ਜਾਣ ਨੂੰ ਕਦੀ ਤਿਆਰ ਨਹੀਂ ਹੋਏਗਾ ਕਿਉਂਕਿ ਉੱਥੇ ਵੀ ਮੈਂ ਇਟਲੀ ਵੇਖ ਕੇ ਆਇਆ ਹਾਂ ਉੱਥੇ ਵੀ ਸਾਡੇ ਵੀਰ ਖੇਤਾਂ 'ਚ ਕੰਮ ਕਰਦੇ ਆ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ 'ਚ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਮੈਂ ਅੱਖੀਂ ਵੇਖ ਕੇ ਆਇਆ ਉਹ ਇੱਥੇ ਵੀ ਕਰ ਸਕਦੇ ਆ ਜੇ ਉਹਨਾਂ ਨੂੰ ਪੂਰਾ ਹੱਕ ਮਿਲੇ ਤਾਂ ਆਓ ਆਵਾਜ਼ ਬੁਲੰਦ ਕਰੀਏ ਤੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਖਲੋਈਏ ਤਾਂ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰਕੇ ਅਸੀਂ ਆਪਣੇ ਸਮਾਜ ਵਿੱਚ ਜਿਹੜੇ ਲੀਡਰ ਲੋਕ ਜਿਹੜੇ ਅੱਗੋਂ ਪਿਛੋਂ ਇੱਥੇ ਹੁਣ ਹੁਣ ਨਾਂਅ ਨੋਟ ਕਰ ਲਿਓ ਉਹਨਾਂ ਲੀਡਰਾਂ ਦੇ ਉਹਨਾਂ ਬਾਬਿਆਂ ਦੇ ਜਿਹੜੇ ਅੱਗੋਂ ਪਿਛੋਂ ਤੁਹਾਡੇ ਘਰਾਂ ਚ ਆਉਂਦੇ ਨੇ ਨਾਂਅ ਨੋਟ ਕਰਿਓ ਕਹੋਂ ਉਹਦੇ ਅਸੀਂ ਤੇ ਆਪਣੇ ਮਾਫ ਕਰਨਾ ਅਸੀਂ ਤੇ ਆਪਣੇ ਇਲਾਕਿਆਂ ਵਿੱਚ ਇਹ ਪੂਰਨ ਤੌਰ ਤੇ ਮੈਂ ਹੁਣ ਤਾਂ ਲੁਧਿਆਣੇ ਆ 4 ਦਿਨ ਪਹਿਲਾਂ ਦੀ ਮੈਂ ਗੱਲ ਦੱਸ ਰਿਹਾ ਕਿ ਸਾਡੇ ਤਾਂ ਪਿੰਡ ਵਿੱਚ ਸਾਦ ਆਏ ਸੀ ਸਾਡੇ ਪਿੰਡ ਵਾਲਿਆਂ ਭਜਾ ਦਿੱਤੇ ਸੀ ਕਿਤੇ ਪੰਜ ਉਹ ਦਫਾ ਹੋ ਜੋ ਇਥੋਂ ਪਿੰਡ ਦੀ ਗੁਰਾਈ ਪਿੰਡ ਵਿੱਚ ਲੱਗਣੀ ਚਾਹੀਦੀ ਹੈ ਪਿੰਡ ਦਾ ਪੈਸਾ ਪਿੰਡ ਚਲਾਓ ਆਪਣੇ ਇਲਾਕੇ ਵਿੱਚ ਲਾਓ ਆਪਣੇ ਪਿੰਡ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਨਾ ਲੁੱਟ ਕਰਾਓ ਆਪਣੀ ਬਹੁਤ ਲੁੱਟ ਕਰਾ ਲਈਏ ਆਓ ਸੁਚੇਤ ਹੋ ਤੇ ਨੌਜਵਾਨ ਪੜਾਓ ਕਿਸਾਨ ਵੀਰਾਂ ਦੇ ਨਾਲ ਖਲੋਣ ਦੀ ਲੋੜ ਹੈ ਅਸੀਂ ਪੂਰਨ ਤੌਰ ਤੇ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਤੇ ਸਾਨੂੰ ਵਿਰੋਧ ਕਰਨਾ ਵੀ ਚਾਹੀਦਾ ਹੈ ਕੱਲਾ ਕਿਸਾਨ ਦਾ ਨਹੀਂ ਹੈ ਹਰ ਇੱਕ ਵਰਗ ਦੇ ਉੱਤੇ ਇਹ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਇਹਨਾਂ ਦਾ ਇਹਨਾਂ ਦਾ ਅਸਰ ਪੈਣਾ ਹੈ ਤਾਂ ਤੁਸੀਂ ਸਰਕਾਰਾਂ ਦੀਆਂ ਨੀਤੀਆਂ ਵੇਖੋ ਵੀ ਇਹੋ ਬਿੱਲ ਜਦੋਂ 2022 12 ਦੇ ਵਿੱਚ ਪਾਸ ਕੀਤਾ ਗਿਆ ਪਾਸ ਕਰਨਾ ਸੀ ਕਾਂਗਰਸ ਨੇ ਤੇ ਸਭ ਤੋਂ ਵੱਧ ਵਿਰੋਧ ਬੀਜੇਪੀ ਸਰਕਾਰ ਨੇ ਕੀਤਾ ਸੀ ਰੌਲਾ ਪਾਇਆ ਸੀ ਭਾਵੇਂ ਅਰਨ ਜੇਤੂਲੀ ਐਸ ਵਕਤ ਨਹੀਂ ਹੈ ਸੁਸ਼ਮਾ ਸਵਰਾਜ ਐਸ ਵਕਤ ਨਹੀਂ ਇਸ ਸੰਸਾਰ ਤੇ ਇਹਨਾਂ ਦੋਨਾਂ ਲੀਡਰਾਂ ਨੇ ਉਸ ਵਕਤ ਵਿਰੋਧ ਕੀਤਾ ਸੀ ਅੱਜ ਅੱਜ ਬੀਜੇਪੀ ਬਿੱਲ ਪਾਸ ਕਰ ਰਹੀ ਹੈ ਕਿਉਂ ਅੱਜ ਅੱਜ ਕੋਈ ਬਿੱਲ ਚ ਵਾਧਾ ਘਾਟਾ ਹੋ ਗਿਆ ਗੱਲ ਗੱਲ ਇਹ ਹੁੰਦੀ ਹੈ ਵੀ ਉਹਨਾਂ ਨੇ ਕਰਨਾ ਸੀ ਇਹਨਾਂ ਵਿਰੋਧ ਕਰਤਾ ਅੱਜ ਤੇ ਕਮਾਲ ਦੀ ਗੱਲ ਹੈ ਜਦੋਂ ਇਹ ਬਿੱਲ ਪਾਸ ਕੀਤੇ ਗਏ ਜਿਹੜੇ ਵਿਰੋਧੀ ਧਿਰ ਸੀ ਉਹਨਾਂ ਦੀ رائے ਤੱਕ ਵੀ ਨਹੀਂ ਲਈ ਗਈ ਪੁੱਛਿਆ ਤੱਕ ਵੀ ਨਹੀਂ ਗਿਆ ਇਹ ਤੱਕਾ ਹੈ ਆਓ ਗੁਰੂ ਬਖਸ਼ਿਸ਼ ਕਰੇ ਅਸੀਂ ਇਕਜੁੱਟ ਹੋ ਕੇ ਅਸੀਂ ਸचेत ਹੋ ਕੇ ਆਪਣੇ ਹੱਕਾਂ ਪ੍ਰਤੀ ਲੜ ਸਕੀਏ ਤੇ ਆਪਣੇ ਆਪਣੇ ਇਲਾਕੇ ਵਿੱਚ ਜਾਗਰਤੀ ਲਿਆਓ ਤਾਂ ਕਿ ਅਸੀਂ ਇੱਕਜੁੱਟ ਹੋ ਕੇ ਸੱਚ ਦਾ ਸਾਹਮਣਾ ਕਰ ਸਕੀਏ ਸੱਚ ਦੀ ਵਿਚਾਰ ਦੇ ਉੱਤੇ ਤੁਰ ਕੇ ਆਪਣੇ ਆਪ ਨੂੰ ਇਸ ਵਿਚਾਰ ਵਾਲੇ ਬੰਨੇ ਲੈ ਕੇ ਜਾ ਸਕੀਏ ਤਾਂ ਇਸ ਵਕਤ ਹੁਣ ਗਿਣਤੀ ਕਰਨ ਦੀ ਲੋੜ ਹੈ ਵੀ ਕਿਹੜੇ ਕਿਹੜੇ ਲੋਕ ਕਰਸਾਨ ਭਰਾਵਾਂ ਦੇ ਨਾਲ ਖਲੋਤੇ ਨੇ ਤੇ ਕਿਹੜੇ ਕਿਹੜੇ ਲੋਕ ਜਾ ਕੇ ਲੀਡਰਾਂ ਦੀਆਂ ਚਪਲਾਂ ਚੱਟ ਰਹੇ ਨੇ ਨੀਤੀ ਨੂੰ ਪਹਿਚਾਣਿਓ ਬਹੁਤ ਲੋਕ ਇਦਾਂ ਦੇ ਜਿਵੇਂ ਮੈਂ ਤੁਹਾਨੂੰ ਕਹਿ ਚੁੱਕਾ ਪਹਿਲਾਂ ਹੀ ਕਿ ਬਹੁਤ ਲੋਕ ਐਸੇ ਨੇ ਜਿਨ੍ਹਾਂ ਨੇ ਅਸਤੀਫੇ ਦੇਣ ਦੇ ਵੀ ਨਾਟਕ ਕੀਤੇ ਨੇ ਸਿਰਫ ਨਾਟਕ ਹੈ ਅਗਲੇ ਨੇ ਆਪਣਾ ਗੱਠ ਚੂੜਨੀ ਤੋੜਿਆ ਕਿਉਂਕਿ ਜਦੋਂ ਬਿੱਲ ਪਾਸ ਕੀਤੇ ਗਏ ਸੀ ਉਹਦੋਂ ਕਿੱਥੇ ਸੀ ਉਹ ਤੇ ਵਿਦਰੋਹ ਵੇਖਿਆ ਜੇ ਸ਼ਾਇਦ ਕਿਸਾਨ ਨਾ ਸੜਕਾਂ ਤੇ ਆਉਂਦਾ ਤੇ ਸ਼ਾਇਦ ਇਹ ਨਾਟਕ ਵੀ ਨਾ ਖੇਡਿਆ ਜਾਂਦਾ ਜਿਹੜਾ ਇਹ ਦਿੱਤਾ ਗਿਆ ਇੱਕ ਮੈਂ ਅਸਤੀਫਾ ਦੇ ਦਿੱਤਾ ਹੈ ਇਹ ਸਿਰਫ ਕਿਸਾਨਾਂ ਦੇ ਵਿਦਰੋਹ ਕਰਕੇ ਹੀ ਇਹ ਇਹ ਜਿਹੜਾ ਗੇਮ ਖੇਡੀ ਗਈ ਹੈ ਤੇ ਇੱਥੇ ਹੁਣ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਮੈਂ ਨਹੀਂ ਕਹਿੰਦਾ ਕਿਹੜੀ ਸਰਕਾਰ ਚੰਗੀ ਹੈ ਤੇ ਕਿਹੜੀ ਮਾੜੀ ਹੈ ਆਉਣ ਵਾਲੇ ਸਮੇਂ 'ਚ ਲੀਡਰ ਚੁਣਣ ਲੱਗੇ ਹੋਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ